ਮੈਨੂੰ ਕਈ ਐਕਟਰ ਕਹਿੰਦੇ ਆ ਕਿ ਭਾਈ ਉਹਨੂੰ ਭਗਵੰਤ ਮਾਨ ਜੀ ਪਿਆਰ ਨਾਲ ਬੁਲਾਇਆ ਕਰ। ਮੈਂ ਕੰਮ ਉਹ ਚੰਗੇ ਕਰੇ, ਮੈਂ ਤਾਂ ਉਹਦੀ ਘਰਦੀ ਨਾਲੋਂ ਵੱਧ ਪਿਆਰ ਨਾਲ ਉਹਨੂੰ ਬੁਲਾਇਆ ਕਰ। ਕੰਮ ਤਾਂ ਭਾਈ ਕਰਦੇ ਹੋ ਤੁਸੀਂ ਮਾੜੇ, ਫਿਰ ਕਹਿੰਦੇ ਹੋ ਬੁਲਾਓ ਚੱਜ ਨਾਲ। ਇਹ ਸਾਰੇ ਕੰਮ ਨਹੀਂ ਹੋਣੇ ਮੇਰੇ ਤੋਂ, ਜਾਂ ਤਾਂ ਕੰਮ ਕਰੋ ਚੰਗੇ ਇੰਨੇ ਪਿਆਰ ਨਾਲ ਤੇ ਡਾਕਟਰ ਗੁਰਪ੍ਰੀਤ ਕੌਰ ਨੀ ਤੈਨੂੰ ਬੁਲਾਊ ਜਿੰਨੇ ਪਿਆਰ ਨਾਲ ਮੈਂ ਉਹਨੂੰ, ਤੇ ਜੇ ਕੰਮ ਕਰਨੇ ਆ ਪੁੱਠੇ ਫਿਰ ਤਾਂ ਸੁਭਾਵਿਕ ਹੈ ਜਾਂ ਮੈਂ ਪਿਆਰ ਨਾਲ ਜੁਗ ਨੂੰ ਬੁਲਾਊ ਜਾਂ ਕੁਛ ਹੋਰ ਨੂੰ। ਜਦੋਂ ਮੈਂ ਜੁਗ ਨੂੰ ਬੁਲਾਉਂਦਾ ਉਦੋਂ ਇਹ ਚੈਨਲ ਵਾਲੇ ਗੁੱਸਾ ਨਾ ਕਰ ਦਿਓ ਭਾਈ ਤੁਸੀਂ, ਆ ਨਵੇਂ ਚੈਨਲ ਵਾਲੇ ਤਾਂ ਲਾਉਂਦੇ ਮੇਰੀ ਖਬਰ, ਪੁਰਾਣੇ ਵਾਲੇ ਤਿਆਰ ਕੱਟ ਦਿੰਦੇ। ਮੈਂ ਇਹਨੇ ਇੱਕ ਨੂੰ ਪੁੱਛ ਲਿਆ ਭਾਈ ਕੀ ਚੱਕਰ ਹੈ, ਇਸ ਲਈ ਤੁਹਾਨੂੰ ਦੱਸ ਰਿਹਾ ਕਿਉਂਕਿ ਤੁਸੀਂ ਵੀ ਚੈਨਲਾਂ 'ਚ ਭਾਲਦੇ ਫਿਰੋਗੇ, ਆਪਾਂ ਚੈਨਲਾਂ 'ਚ ਨਹੀਂ ਲੱਭਣਾ, ਆਪਾਂ ਫੋਨਾਂ 'ਚ ਹੀ ਲੱਭਣਾ। ਚੈਨਲ ਵਾਲੇ ਲਈ ਤਾਂ ਤਾਰ ਖਿੱਚ ਲੈਣੀ ਹੈ ਕਿ ਭਾਈ ਇਹ ਸਰਕਾਰ ਦੇ ਉਲਟ ਬੋਲਦਾ, ਔਰ 750 ਕਰੋੜ ਦਾ ਇਸ਼ਤਿਹਾਰ ਜਾਂਦਾ, ਔਰ 750 ਕਰੋੜ ਦਾ ਇਸ਼ਤਿਹਾਰ ਜਿਹਦਾ ਬੰਦ ਹੋ ਜੇ ਉਹਨੇ ਫਿਰ ਸੁਭਾਵਿਕ ਉਹਦੀ ਵੀ ਵਿਚਾਰੇ ਦੀ ਮਜਬੂਰੀ, ਮਗਰ ਅਸਲੀਅਤ ਦੱਬੀ ਨਹੀਂ ਜਾਣੀ। ਇਸ ਤਰ੍ਹਾਂ ਨਾਣੇ ਤੁਸੀਂ ਕੁੱਟ ਲਓਗੇ ਤੇ ਕਿਹੜੇ ਕਿਹੜੇ ਫੋਨ ਤੋਂ ਖੋਹ ਲਓਗੇ ਇਹ ਗੱਲ। ਔਰ ਮੈਨੂੰ ਐਡੀ ਜੈਨੂਇਨ ਗੱਲ ਆ, ਪ੍ਰਧਾਨ ਜੀ ਨੇ ਦੱਸੀ ਕਿ ਸਾਨੂੰ ਅੰਦਰ ਬੁਲਾਇਆ ਗਿਆ। ਕਿੰਨੀ ਤਰੀਕ ਸੀ ਯਾਰ ਉਹ, 8 ਦਿਨ 9 ਦਿਨ ਪਹਿਲਾਂ ਦੀ, 5 ਤਰੀਕ ਨੂੰ, 4 ਜਾਂ 5 ਸੀ, ਅੰਦਰ ਦਫ਼ਤਰ ਦੇ ਬੁਲਾ ਕੇ ਬੁਲਾਇਆ ਗੱਲ ਕਰਨ ਨੂੰ ਕਿ ਤੁਹਾਡੀ ਨੌਕਰੀ ਦਾ, ਔਰ ਪੋਸਟਾਂ ਵੀ ਕਿੰਨੀਆਂ, ਮੈਂ ਜਿਵੇਂ ਪਹਿਲਾਂ ਕਿਹਾ ਸੀ 2100 ਪੋਸਟ, 1370 ਭਰੀਆਂ ਗਈਆਂ, 750 ਲਗਭਗ ਵਿਹਲੀ ਰਹਿ ਗਈ, 1100-1160 ਰੁਪਈਆ ਪਰ ਫਾਰਮ ਤੁਹਾਡੇ ਤੋਂ ਪੈਸੇ ਲੈ ਲਏ, ਸਾਲ ਭਰ 7700 ਤੇ ਤੁਹਾਨੂੰ ਮਿਨੀਮਮ ਵੇਜਸ ਤੋਂ ਵੀ ਘੱਟ ਤਨਖਾਹ ਤੇ ਕੰਮ ਕਰਾ ਲਿਆ, ਔਰ ਸਾਧ ਸੰਗਤ ਜੀ ਨਾਲ ਹੀ 2000 ਰੁਪਈਆ ਤੁਹਾਡਾ ਟ੍ਰੇਨਿੰਗ ਤੇ ਖਰਚ ਕਰਾ ਲਿਆ। ਤੇ ਜਦੋਂ ਨੌਕਰੀ ਦੇਣ ਦੀ ਵਾਰੀ ਆਈ ਤੇ ਮਾਰੀ ਲੱਤ ਤੇ ਸੜਕ ਤੇ ਤੋਰਤ। ਤੇ ਜੇ ਤੁਸੀਂ ਆਪਦੀ ਹੱਕੀ ਮੰਗ ਰੱਖੋ ਤੇ ਫੇਰ ਉਹ ਡਿਪਟੀ ਕਿਹੜਾ ਦੱਸਿਆ, ਸੰਜੀਵ ਸਿੰਗਲਾ, ਆ ਪ੍ਰੈਸ ਵਾਲੇ ਵੀਰਾਂ ਨੂੰ ਕਹੂੰਗਾ ਤੁਸੀਂ ਉਹ ਟੂ ਜੀ ਚਲਾਉਂਦੇ ਹੁੰਦੇ ਨਾ ਜਦ ਕੋਈ ਗਾਲ ਗੂਲ ਕੱਢਦਾ, ਉਹ ਚਲਾ ਲਿਓ, ਮੈਂ ਸੁਣਾਊ ਵੀਡੀਓ। ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਨੂੰ, ਆ ਜਿਹੜੇ ਅਫਸਰ ਕਈ ਚੰਗੇ ਵੀ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਮਗਰ ਜੇ ਕੋਈ ਆਪਦੀ ਡੈਮੋਨਸਟ੍ਰੇਸ਼ਨ ਕਰੇ, ਪੀਸਫੁਲ ਆਪਦੀ ਗੱਲ ਰੱਖੇ, ਤੇ ਕੀ ਇਹ ਤੁਹਾਡੀ ਹਦਾਇਤ ਹੈ ਕਿਉਂਕਿ ਹੋਮ ਮਿਨਿਸਟਰ ਤੁਸੀਂ ਆ, ਕਿ ਇਹਨਾਂ ਨੂੰ ਕਿਹੜੀ ਗੱਲ ਦੀਆਂ ਡਾਂਗਾਂ ਫੇਰੀਆਂ, ਪਹਿਲਾਂ ਤਾਂ ਇਹ ਦੱਸ ਦਿਓ। ਆ ਮੁੰਡੇ ਦੀ ਆ ਹਰਮਨ ਆ ਇੱਥੇ ਆ, ਉਹ ਰਿਹਾ ਜੀ ਉਹਦੀ ਪੱਗ ਲਾਈ, ਆ ਨੌਜਵਾਨ ਇੱਥੇ ਬੈਠਿਆ, ਕੀ ਨਾਂ ਤੇਰਾ, ਜਸਵੰਤ, ਜਸਵੰਤ, ਪੱਗ ਤੁਸੀਂ ਇਹਦੀ ਲਾਈ, ਦੱਸੋ ਭਾਈ ਇਹ ਪੱਗਾਂ ਖਾਤਰ ਤਾਂ ਲੋਕ ਕਿੱਥੇ ਕਿੱਥੇ ਸ਼ਹਾਦਤਾਂ ਤੇ ਕੁਰਬਾਨੀਆਂ ਦੇ ਆਏ ਆ, ਧੀਆਂ ਭੈਣਾਂ ਦੀਆਂ ਤੁਸੀਂ ਚੁੰਨੀਆਂ ਲਾਓ, ਕੱਪੜੇ ਪਾੜੋ, ਉੱਤੇ ਹਲੇ ਵੀ ਬੈਠੀਆਂ ਨੇ, ਤੇ ਇਹਨਾਂ ਨੂੰ ਕੱਢੋ ਗਾਲਾਂ ਕਿ ਇਸ ਬਦਲਾਵ ਲਈ ਵੋਟਾਂ ਪਾਈਆਂ। ਅਦਰ ਸਟੇਟ 25 ਨੰਬਰ ਵਾਲੇ ਰੱਖ ਲਏ, ਸਾਡਾ 72 ਮੁੰਡਾ ਹਾਈਐਸਟ ਨੰਬਰ 72 ਤੋਂ, ਕਿੱਥੇ ਉਹ ਮੁੰਡਾ ਲਵਪ੍ਰੀਤ, ਇਹਦੇ 72 ਨੰਬਰ ਨੇ ਸਰ, ਇਹਦੇ ਪੰਜਾਬ ਚੋਂ 13ਵਾਂ ਰੈਂਕ ਹੈ ਖੜਾ ਮੇਰਾ ਵੀਰ, ਆਪਦੀ ਗੱਲ ਆਪ ਇਹ ਤੋਂ ਬਾਅਦ ਦੱਸੀ, ਇਹ ਲਵਪ੍ਰੀਤ ਲੜਕਾ ਜੀ, 13ਵਾਂ ਇਹਦਾ ਰੈਂਕ ਪੰਜਾਬ ਚ, ਕਿੰਨੀਆਂ ਪੋਸਟਾਂ ਚੋ, ਜਾਂ 2100 ਦੀ ਗੱਲ ਕਰਦੇ ਆਪਾਂ, 13ਵਾਂ ਰੈਂਕ, ਇਹ ਤਾਂ ਵਿਹਲਾ। ਫਿਰ ਭਗਵੰਤ ਮਾਨ ਜੀ ਕਿਹੜੇ ਪੈਸੇ ਖਾਧੇ ਗਏ ਆ, ਕਿਹਦੀ ਕਿਹਨੇ ਜੇਬ ਗਰਮ ਕੀਤੀ ਆ ਕਿ 1317 ਚੋ 13ਵਾਂ ਰੈਂਕ ਵਾਲਾ ਤਾਂ ਛੱਡਤਾ ਤੇ ਬਾਕੀ ਭਰਤੀ ਕਰਤੇ, ਕਿਹੜੀ ਮੈਰਿਟ ਲਿਸਟ ਤਿਆਰ ਹੋਈ ਆ, ਜਰਾ ਜਨਤਕ ਤਾਂ ਕਰੋ, ਕੋਈ ਨੀ ਜਨਤਕ ਨੀ, ਕੋਈ ਅੱਜ ਤੱਕ ਨਾ, ਅੱਜ ਤਾਂ BA ਦਾ ਇਗਜ਼ਾਮ ਦੇਣ ਚਲੇ ਜਾਓ, BA ਛੱਡੋ 10ਵੀਂ ਦਾ, ਉਹ ਵੀ ਰਿਜ਼ਲਟ ਰੱਖਣਾ ਸਭ ਆਨਲਾਈਨ ਆਉਂਦਾ, ਤੇ ਜੇ ਪਾਰਦਰਸ਼ਤਾ ਦੀ ਜਿਹੜੀ ਸਰਕਾਰ ਗੱਲ ਕਰਦੀ ਸੀ, ਟ੍ਰਾਂਸਪੇਰੈਂਸੀ ਦੀ ਗੱਲ ਕਰਦੀ ਸੀ, ਤੇ ਭਾਈ ਕਿਉਂਕਿ ਇਹ ਪਿੰਡਾਂ ਦੇ ਮੁੰਡੇ ਨੇ, ਇਹਨਾਂ ਨੂੰ ਕੀ ਭਗਵੰਤ ਮਾਨਾ ਤੂੰ ਸਮਝਦਾ ਕਿ ਅਕਲ ਘੱਟ ਹੈ,
तू भी पिंड चो उठ के आया तो फिर इन्हों का लाइन रिजल्ट ऑनलाइन क्यों ना कढ़िया, ऑनलाइन इसलिए नहीं कढ़िया फिर धांधली नहीं मचनी सी, फिर किसी ने उठ के कोर्ट चले जाना सी, कोर्ट चो ऑर्डर लै लेना सीगा कि भाई मैरिट लिस्ट तुसी किवें तोड़ी। सरकार नूं जिवें पंचायतां दे मसले च मूंह दिखाणी पई ना, थोड़े मसले च भी मूंह दिखाणी पैणी। इसलिए मसले बड़े ने, लिखती भरोसे दिते होए इहदे च। और वड्डी गल जिहड़े कहिंदे सी पंजाब दे नौजवान बच्चे बच्चियां नूं रोजगार दवांगे, मैनूं लगदा 1370 पोस्टां चो 400 हरियाणा ते राजस्थान च। ਤੁਸੀਂ ਸਮਝਦੇ ਹੋ ਨਾ ਪੰਜਾਬੀਆਂ ਹਰਿਆਣਾ ਤੇ ਰਾਜਸਥਾਨ ਕਿਉਂ? ਆ ਨਵੰਬਰ ਚ ਇਲੈਕਸ਼ਨ ਆਈ ਆ, ਤੁਹਾਡੀਆਂ ਤਾਂ ਲੈ ਲਈਆਂ ਵੋਟਾਂ, ਤੁਹਾਡੀਆਂ ਨੀ ਪੈਣੀਆਂ ਹਲੇ, ਤੁਹਾਡੀਆਂ ਪੈਣੀਆਂ 27 ਚ। 27 ਤੱਕ ਫੇਰ ਨਵਾਂ ਚਬੂਫਾ ਕੱਢ ਦੇਣਗੇ, ਮਗਰ ਹੁਣ ਵੋਟਾਂ ਲੈਣੀਆਂ ਹਰਿਆਣੇ ਦੀਆਂ, ਜਿਹਨੂੰ ਕਹਿੰਦੇ ਉੱਥੇ ਇਹਨਾਂ ਦਾ ਗੁਪਤਾ कि 24 च बन लो आप दी सरकार, पानी टेलां तक पहुंचा देंगे, पंजाब चो लिया लिया पानी सारे हरियाणे च कर देंगे, ये गल्लां ने इन्हां दी। और ओही हाल कल्ली थोड़ी भर्ती नहीं, आ सब इंस्पैक्टर कल भर्ती हो केस भी थोड़ी कृपा नाल आपां जित के दिता, क्योंकि उहदे च भी जिहड़ा मंत्री नाल खलारिया सी बलकार सिंह ਉਹਦਾ ਮੁੰਡਾ ਸ਼ੋਭਿਤ ਵੀਰ ਚੋਰ ਮੋਰੀ ਨਾਲ ਭਰਤੀ ਹੋਣ ਨੂੰ ਫਿਰਦਾ ਸੀ। 560 ਦੀ ਭਰਤੀ ਉਹਨੇ ਰੋਕੀ ਹੋਈ ਸੀ। ਜਦੋਂ ਰੌਲਾ ਪਿਆ, ਹਾਈਕੋਰਟ ਚੋਂ ਕੇਸ ਵਾਪਸ ਲੈਣਾ ਪਿਆ, ਉਹ ਨੌਜਵਾਨਾਂ ਦੀ ਜਿੱਤ ਹੋਈ। ਮਗਰ ਬੇਸ਼ਰਮ ਇਸ ਕਿਸਮ ਦੇ ਨੇ ਕਿ ਉਹਨੂੰ ਨਾਲ ਖੜੇ ਕਰਕੇ ਉਹਨਾਂ ਨੂੰ ਚਿੱਠੀਆਂ ਵੰਡਦੇ ਸੀ, ਜਿਨ੍ਹਾਂ ਦੇ ਕਰਕੇ ਉਹਨਾਂ ਨੂੰ 2-1.5 ਸਾਲ ਭਰ ਦਾ ਉਹਨਾਂ ਦਾ ਡਿਲੇ ਹੋਇਆ। ਉਹੀ ਹਾਲ ਵੈਟਨਰੀ ਇੰਸਪੈਕਟਰਾਂ ਦੀ ਭਰਤੀ ਚ, ਉਹੀ ਹਾਲ ਹਰ ਮਹਿਕਮੇ ਦੀ ਜਿਹੜੀ ਭਰਤੀ ਹੋ ਰਹੀ ਹੈ ਉਹਦੀ ਭਰਤੀ ਚ ਬਾਹਰਲੇ ਵੱਧ, ਕੇਵਲ ਤੇ ਕੇਵਲ ਇਸ ਲਈ ਕਿ ਹਰਿਆਣੇ ਤੇ ਰਾਜਸਥਾਨ ਤੋਂ ਵੋਟਾਂ ਲੈਣ। ਚਲੋ ਭਾਈ, ਇਹ ਤਾਂ ਗੱਲ ਇਹਨਾਂ ਦੀ ਸਿਆਸਤ ਦੀ ਆ, ਪੋਲਿਟਿਕਸ ਦੀ ਹੈ। ਮੈਂ ਤਾਂ ਅੱਜ ਜਿੱਥੇ ਤੁਹਾਡੇ ਨਾਲ ਇਹ ਵਿਸ਼ਵਾਸ ਦਵਾਉਣ ਵਾਸਤੇ ਆਇਆ ਕਿ ਜੇ ਅਗਲਾ ਪਰਚਾ ਤੁਹਾਡੇ ਤੇ ਹੋਊ ਨਾ, ਤੇ ਜਿਸ ਦਿਨ ਤੁਹਾਨੂੰ ਲੱਗਿਆ ਕਿ ਅੱਜ ਲਾਠੀਚਾਰਜ ਹੋਣ ਵਾਲਾ, ਤੁਸੀਂ ਮੈਨੂੰ ਫੋਨ ਕਰਿਓ, 3 ਘੰਟੇ ਚਾਹੀਦੇ ਆ ਮੈਨੂੰ, ਮੈਂ ਆਪ ਆਊ। ਤੇ ਸਿੰਗਲਾ ਜੀ ਫੇਰ ਗਾਲ ਕੱਢ ਕੇ ਵਿਖਾਈ ਮਿੱਤਰਾ, ਇਹ ਵਰਦੀ ਨਾ ਲੋਕਾਂ ਦੀ ਪੁਆਈ ਆ, ਇਹ ਵਰਦੀ ਬੜੇ ਅਰਦਾਸਾ ਬੇਨਤੀਆਂ ਸਿੰਗਲਾ ਜੀ ਤੁਹਾਡੇ ਮਾਪਿਆਂ ਨੇ ਕੀਤੀ ਤਾਂ ਤੁਹਾਡੇ ਤੇ ਵਰਦੀ ਪੰਜਾਬ ਦੇ ਲੋਕਾਂ ਦੀ ਦਿੱਤੀ ਆ, ਇਸ ਲਈ ਨਹੀਂ ਦਿੱਤੀ। ਕੱਲ ਨੌਜਵਾਨ ਬੱਚਾ ਜਾਂ ਬੱਚੀ ਤੁਹਾਡੀ ਵੀ ਨੌਕਰੀ ਮੰਗਣ ਜਾਊ ਤੇ ਜੇ ਉਹਤੇ ਲਾਠੀਚਾਰਜ ਹੋਵੇ ਤੇ ਕੀ ਤੁਹਾਡੇ ਐਸ ਬਾਪ ਤੁਹਾਡੇ ਮਨ ਤੇ ਇਹ ਗੱਲ ਨਾ ਗੁਜਰੂ ਕਿ ਮੇਰਾ ਬੱਚਾ ਤਾਂ ਕੱਲਾ ਨੌਕਰੀ ਮੰਗਣ ਗਿਆ ਸੀ ਤੇ ਉਹਦੀ ਸੇਵਾ ਕਾਹਦੇ ਲਈ ਹੋਗੀ? ਇਸ ਗੱਲ ਦੀ ਮੈਂ ਅੱਜ ਡਿਮਾਂਡ ਕਰਦਾ, ਜਿੱਥੇ ਜਿਨ੍ਹਾਂ ਪੁਲਿਸ ਵਾਲੇ ਵੀਰਾਂ ਨੇ ਇਹ ਬਦਸਲੂਕੀ ਕੀਤੀ ਹੈ ਉਹਨਾਂ ਦੇ ਖਿਲਾਫ ਭਗਵੰਤ ਮਾਨ ਐਕਸ਼ਨ ਲਵੇ। ਔਰ ਜੋ ਤੁਹਾਡੀ ਵੇਕੈਂਟ ਪੋਸਟਾਂ ਨੇ, ਕਿਉਂਕਿ ਪੋਸਟਾਂ ਪ੍ਰੈਸ ਵਾਲੇ ਵੀਰਾਂ ਨੂੰ ਮੈਂ ਦੱਸਦਾ, 5100 ਪੋਸਟਾਂ ਵੇਕੈਂਟ ਪਈਆਂ ਨੇ, ਜਿਵੇਂ ਪਟਵਾਰੀ ਦਾ ਹਾਲ ਹੈ ਨਾ, ਪੋਸਟਾਂ ਨੇ 4700 ਕੁਛ, ਪਟਵਾਰੀ ਕੰਮ ਕਰਦਾ 1300, 3000 ਪਟਵਾਰੀ ਦੀਆਂ ਪੋਸਟਾਂ ਵੇਕੈਂਟ ਪਈਆਂ ਨੇ। ਪਟਵਾਰੀ ਇਹਨਾਂ ਦੇ ਕੰਮ ਨਹੀਂ ਕਰਕੇ ਰਾਜੀ, ਜੋ ਇਹਨਾਂ ਨੇ ਐਸਮਾ ਉਹਨਾਂ ਤੇ ਲਾਈ। ਉਹੀ ਹਾਲ ਇੱਥੇ ਹੈ ਕਿ ਇਹਨਾਂ ਨੂੰ ਟੈਸਟ ਲੈ ਲਿਆ, ਟ੍ਰੇਨਿੰਗ ਕਰਾ ਲਈ, 1160 ਦਾ ਫਾਰਮ ਭਰਾ ਲਿਆ, ਮਗਰ ਨੌਕਰੀ ਦੇਣ ਵੇਲੇ ਕੁੱਟ ਮਾਰ ਕੇ ਭਜਾ ਤਾ। ਇਹਨਾਂ ਦਾ ਮਸਲਾ ਬੜਾ ਜੈਨੂਇਨ ਹੈ, ਇਹ ਕੋਈ ਇਹੋ ਜਿਹੀ ਮੰਗ ਨਹੀਂ ਰੱਖ ਰਹੇ ਜੋ ਸਰਕਾਰ ਦੀ ਸ਼ਰਤਾਂ ਤੋਂ ਪਰਾਂ ਹੋਵੇ ਜਾਂ ਬਾਹਰ ਹੋਵੇ। ਇਹੋ ਜਿਹੀਆਂ ਤਾਂ ਬੜੀਆਂ ਵੀਡੀਓ ਯਾਰ, ਇੱਕ ਥੋੜੀ ਜਿਹੀ ਚਲਾ ਦੇ। ਆ ਸੋਹਣੀ ਲੋਕ ਮਾਂ ਕਹਿੰਦੀ ਪੁੱਤਰ ਬਹੁਤ ਸੋਹਣੇ ਨੰਬਰ ਆਏ ਨੇ, ਜਾਂ ਡਿਗਰੀ ਲੈ ਕੇ ਸਰਕਾਰ ਕੋਲ ਜਾ ਨੌਕਰੀ ਲੈ ਕੇ।
अब मैं पूछना चाहना कि हुण मावा भैणा दियां दुआवां नाल की हो गया भाई कि बदलाव च दुआवां भी मुक गईआं आप बदलाव च हुण मावा दियां हाय नहीं लगनियां इन्हां दियां कि इन्हां दियां मावां मावां नहीं गिणदा तू घरे आ सच प्रेस आले वीरो एसमा दी गल सुन लो इथे तां डिक्टेटरशिप डंडा तंत्र सद्दाम हुसैन दा राज वेखो इन्हां दे घरां च फोन जा रहे है मापियां नूं डराया जा रहा है पुलिस जा रही है गल कह रही है कि आपदे न्याणे नूं उत्थों चुक लिया नहीं तां परचा हो जू घरां च वारंट भेजे थोनूं भी बेनती है छे महीने मैं भी ला के घबरायो ना जमा घबराउण दी लोड नहीं जित सच दी होनी होनी है भावे कोई पुठा हो जाए कोई सीधा हो जाए धक्का करना सरकारा दा कम बड़ा बड़ा वधिया रोटी पाऊ रोटी नहीं माड़ी मिलती इसलिए मग मैं क्या जी 100% छड्डो थोड़ी जित होनी होनी है जेडे एडे दृढ़ इरादे नाल जद बंदे आप दी गल दलील नाल करन ना जी भर्ती सरकार दी तुसी तां नहीं कड्डी ट्रेनिंग सरकार दी 1160 रुपए दा फार्म सरकार दा पास तुसी होए ते फिर कोई दुनिया दी ताकत भाई थोड़ा अपॉइंटमेंट लेटर नहीं रोक सकदी बोले सो निहाल सो श्री अकाल।